ਹੈਲੋ ਦੋਸਤੋ ਸਾਡੇ ਚੈਨਲ ਉਪਰ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਨਰਲ ਸਾਇੰਸ ਦੇ ਕੁਝ ਕੁਐਸਚਨ ਆਨਸਰ ਪਾਰਟ 51 ਦੇ ਵਿੱਚ ਡਿਸਕਸ ਕਰਾਂਗੇ ਇਲੈਕਟ੍ਰਿਸਿਟੀ ਬਿਜਲੀ ਦੇ ਬਾਰੇ ਵਿੱਚ ਜਿਹੜੇ ਪੰਜਾਬ ਦੇ ਟੈਸਟ ਜਿਨ੍ਹਾਂ ਦੇ ਵਿੱਚ ਸਾਇੰਸ ਦੇ ਰਿਲੇਟਡ ਕੁਐਸਚਨ ਆਉਂਦੇ ਉਹਨਾਂ ਦੇ ਵਿੱਚ ਸਾਇੰਸ ਦੇ ਸਾਰੇ ਟੌਪਿਕ ਕਿ ਆ ਜਾਂਦੇ ਆ ਅਸੀਂ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਅਪਲੋਡ ਕਰਦੇ ਹਾਂ ਸਾਰੇ ਟੌਪਿਕ ਵਾਈਜ਼ ਤਾਂ ਤੁਸੀਂ ਦੇਖ ਸਕਦੇ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਪੋਟੈਂਸ਼ੀਅਲ ਅੰਤਰ ਮਾਪਣ ਲਈ ਵਰਤੇ ਜਾਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਪੋਟੈਂਸ਼ੀਅਲ ਅੰਤਰ ਦਾ ਮਤਲਬ ਹੁੰਦਾ ਜਿਹਨੂੰ ਆਪਾਂ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਆ ਇਹ ਹੁੰਦੀ ਆ ਵੋਲਟੇਜ ਜਿਹੜੀ ਆਪਣੇ ਆਮ ਹੀ ਆਪ ਨੂੰ ਪਤਾ ਹੁੰਦਾ ਘਰਾਂ ਦੇ ਵਿੱਚ ਵੋਲਟੇਜ ਜਿਵੇਂ 230 ਵੋਲਟ ਘਰਾਂ ਦੇ ਵਿੱਚ ਆਪਣੀ ਸਪਲਾਈ ਹੁੰਦੀ ਆ ਪੋਟੈਂਸ਼ੀਅਲ ਅੰਤਰ ਉਸ ਨੂੰ ਕਹਿੰਦੇ ਆ ਇਹ ਕਾਦੇ ਨਾਲ ਮਾਪੀ ਜਾਂਦੀ ਹੈ ਇਹਦੇ ਤਾਂ ਇਹਦਾ ਰਾਈਟ ਆਨਸਰ ਹੈ ਬੋਲਟਮੀਟਰ ਯਾਨੀ ਕਿ ਇਹਦਾ ਰਾਈਟ ਆਨਸਰ ਹੈ ਇਹ ਬੋਲਟਮੀਟਰ ਨਾਲ ਪੋਟੈਂਸ਼ੀਅਲ ਅੰਤਰ ਨੂੰ ਮਾਪਿਆ ਜਾਂਦਾ ਅੱਗੇ ਕੁਐਸਚਨ ਆ ਦੋਸਤੋ ਫਿਊਜ਼ ਤਾਰ ਦੀ ਰੇਟਿੰਗ ਹਮੇਸ਼ਾ ਕਿਸ ਨਾਲ ਦਰਸਾਈ ਜਾਂਦੀ ਹੈ ਫਿਊਜ਼ ਗੁੰਦ ਕਰਾਂਦੇ ਆਪਣੇ ਮੇਨ ਸਪਲਾਈ ਦੇ ਵਿੱਚ ਲੱਗਣ ਵਾਲੇ ਇੱਕ ਜੰਤਰ ਜਿਹਦੇ ਨਾਲ ਵੀ ਜੇ ਘਰ ਦੇ ਵਿੱਚ ਜ਼ਿਆਦਾ ਸਪਲਾਈ ਜਾਂ ਘਰ ਦੇ ਵਿੱਚ ਜ਼ਿਆਦਾ ਲੋਡ ਲੈਣ ਲੱਗੇ ਕੋਈ ਵੀ ਜੰਤਰ ਤਾਂ ਫਿਊਜ਼ ਉੱਡ ਜਾਵੇ ਤੇ ਆਪਣਾ ਜਿਹੜਾ ਵੀ ਆਪਣੇ ਇਕੁਪਮੈਂਟਾ ਘਰ ਦੇ ਵਿੱਚ ਕੋਈ ਵੀ ਬਿਜਲੀ ਜੰਤਰਾਂ ਵੀ ਉਹ ਬਾਤ ਸਕਣ ਫਿਊਜ਼ ਤਾਰ ਦੀ ਰੇਟਿੰਗ ਹਮੇਸ਼ਾ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਐਂਪੀਅਰ ਦੇ ਵਿੱਚ ਲਈ ਜਾਂਦੀ ਹੈ ਕਿਉਂਕਿ ਵੀ ਜਿੰਨਾ ਲੋਡ ਹੋਵੇ ਵੀ ਹੁਣ ਸਪੋਜ਼ ਮੰਨ ਲਓ ਤੁਹਾਡੇ ਘਰ ਦਾ ਲੋਡ 10 ਐਂਪੀਅਰ ਆ ਤਾਂ 10 ਐਂਪੀਅਰ ਤੋਂ ਜੇ ਆਪਾਂ ਮੰਨ ਲਓ 15 ਐਂਪੀਅਰ ਤੇ ਕੋਈ ਚੀਜ਼ ਕੋਈ ਜੰਤਰਾ ਬਿਜਲੀ ਉਹ ਖਰਾਬ ਹੁੰਦਾ ਤਾਂ ਆਪਾਂ ਕੀ ਕਰਦੇ ਆ ਫਿਊਜ਼ ਦੀ ਰੇਟਿੰਗ 11 ਜਾਂ 12 ਐਂਪੀਅਰ ਰੱਖ ਦਿੰਦੇ ਵੀ ਜੇ ਜ਼ਿਆਦਾ ਲੋਡ ਲਊਗਾ ਤਾਂ ਆਪਣਾ ਫਿਊਜ਼ ਉੱਡ ਜੇ ਫਿਊਜ਼ ਤਾਰ ਪਿਗਲ ਜਾਵੇ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਅੱਗੇ ਕੁਵੈਸਚਨ ਦੋਸਤੋ ਬਿਜਲੀ ਤਾਰਾ ਯਾਨੀ ਕਿ ਕਰੰਟ ਨੂੰ ਮਾਪਣ ਵਾਲਾ ਜੰਤਰ ਦਾ ਕੀ ਨਾਮ ਹੈ ਵੀ ਕਰੰਟ ਨੂੰ ਆਪਾਂ ਜਿਸ ਜੰਤਰ ਨਾਲ ਮਾਪਦੇ ਆ ਉਹਦਾ ਕੀ ਨਾਮ ਹੈ ਤਦ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਜਰਨੀ ਕਿ ਐਮਮੀਟਰ ਕਰੰਟ ਦੀ ਜਿਹੜੀ ਮਾਪਣ ਦੀ ਇਕਾਈ ਹੁੰਦੀ ਹੈ ਉਹ ਤਾਂ ਐਂਪੀਅਰ ਹੁੰਦੀ ਹੈ ਐਂਪੀਅਰ ਤੇ ਜਿਹੜੇ ਯੰਤਰ ਨਾਲ ਆਪਾਂ ਮਾਪਦੇ ਆ ਉਹਨੂੰ ਆਪਾਂ ਐਮਮੀਟਰ ਕਹਿ ਦਿੰਦੇ ਨੇ ਨੈਕਸਟ ਕੁਐਸਚਨ ਹੈ ਜੀ ਬਿਜਲੀ ਸੰਚਾਰਨ ਦੇ ਲਈ ਕਾਪਰ ਅਤੇ ਡੈਸ਼ ਦੀਆਂ ਤਾਰਾਂ ਦਾ ਉਪਯੋਗ ਕੀਤਾ ਜਾਂਦਾ ਹੈ ਬਿਜਲੀ ਸੰਚਾਰਨ ਦਾ ਮਤਲਬ ਬਿਜਲੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਣ ਦੀ ਤਦ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਏ ਐਲੂਮੀਨੀਅਮ ਬੀ ਜਿਆਦਾਤਰ ਬਿਜਲੀ ਸੰਚਾਰ ਦੇ ਲਈ ਕਾਪਰ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਐਲੂਮੀਨੀਅਮ ਦੀ ਕਾਪਰ ਮਹਿੰਗਾ ਹੋਣ ਕਰਕੇ ਥੋੜਾ ਜਿਆਦਾ ਮੰਗ ਐਲੂਮੀਨੀਅਮ ਦੀ ਜਿਹੜੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਜੀ ਪ੍ਰੇਰਿਤ ਬਿਜਲੀ ਧਾਰਾਂ ਦੀ ਦਿਸ਼ਾ ਪਤਾ ਕਿਵੇਂ ਕੀਤੀ ਜਾਂਦੀ ਹੈ ਬੇਦਾ ਇੱਕ ਰੂਲ ਹੁੰਦੇ ਆ ਵੀ ਬਿਜਲੀ ਧਾਰਾ ਕਿਸੇ ਕੋਇਲ ਦੇ ਵਿੱਚ ਬਿਜਲੀ ਧਾਰਾ ਲੰਘ ਰਹੀ ਹੈ ਉਹਨੂੰ ਕਿਵੇਂ ਪਤਾ ਲੱਗਦਾ ਉਹਦੀ ਦਿਸ਼ਾ ਤਾਂ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮਨਾ ਜਾਨੀ ਕਿ ਨੂੰ ਇੰਗਲਿਸ਼ ਵਿੱਚ ਨੀ ਫਲੇਮਿੰਗ ਰਾਈਟ ਹੈਂਡ ਰੂਲ ਇਹ ਇੱਕ ਨਿਯਮ ਹੁੰਦਾ ਜਿਹਦੇ ਨਾਲ ਕਿਸੇ ਕੋਇਲ ਦੇ ਵਿੱਚ ਜਿਹੜੀ ਬਿਜਲੀ ਧਾਰਾ ਦੀ ਡਾਇਰੈਕਸ਼ਨ ਪਤਾ ਲੱਗ ਜਾਂਦੀ ਹੈ ਅੱਗੇ ਜੀ ਕੁਐਸਚਨ ਜੇ 3 3 ਓਮ ਦੇ ਵੀ ਜਾਨੀ ਕਿ 3 ਓਮ ਓਮ ਹੁੰਦਾ ਰੈਜ਼ਿਸਟੈਂਸ ਦੀ ਇਕਾਈ ਦੇ ਤਿੰਨ ਪ੍ਰਤੀਰੋਧ ਲੜੀਬੱਧ ਕਰਮ ਵਿੱਚ ਜੋੜੇ ਜਾਣ ਤਾਂ ਪਰਨਾਮੀ ਪ੍ਰਤੀਰੋਧ ਕੀ ਹੋਵੇਗਾ ਲੜੀਬੱਧ ਦਾ ਮਤਲਬ ਹੁੰਦਾ ਸੀਰੀਜ਼ ਦੇ ਵਿੱਚ ਬਿੱਟਾ 9 Ohm ਦਾ ਰਜਿਸਟੈਂਸ ਲਾਤਾ ਇੱਕ ਫੇਰ ਉਹਦੇ ਸੀਰੀਜ਼ ਦੇ ਨਾਲ ਤਿੰਨ 9 Ohm ਦਾ ਲਾਦਾ ਫੇਰ ਤਿੰਨ 9 Ohm ਦਾ ਲਾਦਾ ਵਿਅੋਧ ਜਿਹੜੀ ਟੋਟਲ ਰਜਿਸਟੈਂਸ ਕਿ ਹੋਊਗੀ ਤਾਂ ਜਦੋਂ ਵੀ ਸੀਰੀਜ਼ ਦੇ ਵਿੱਚ ਜਾਨੀ ਕਿ ਲੜੀਬੱਧ ਕੋਈ ਵੀ ਰਜਿਸਟੈਂਸ ਲੱਗੇ ਹੋਣ ਤਾਂ ਉਹ ਡਾਇਰੈਕਟਲੀ ਜੁੜ ਜਾਂਦੇ ਹੁੰਦੇ ਆ ਹੁਣ ਜੇ ਤਿੰਨ ਲੱਗਿਆ ਤਾਂ 3 3 3 ਜਾਨੀ ਕਿ 9 9 Ohm ਜਿਹੜੀ 9 Ohm ਦੀ ਰਜਿਸਟੈਂਸ ਟੋਟਲ ਸਰਕਟ ਦੀ 9 Ohm ਰਜਿਸਟੈਂਸ ਬਣ ਜਾਏਗੀ ਜਾਨੀ ਕਿ ਇਹਦਾ ਰਾਈਟ ਆਨਸਰ ਆ ਆਪਸ਼ਨ ਨੰਬਰ A ਨੋ ਹਰਮਨ ਨੈਕਸਟ ਕੁਐਸਚਨ ਹੈ ਜੀ ਇੱਕ ਬਿਜਲੀ ਸਰਕਟ ਵਿੱਚ 24 ਵੋਲਟ ਬੈਟਰੀ ਅਤੇ 60 ਓਮ ਪ੍ਰਤੀਰੋਧ ਲੱਗੇ ਹਨ ਸਰਕਟ ਦੇ ਵਿੱਚੋਂ ਲੰਘਣ ਵਾਲੀ ਬਿਜਲੀ ਧਾਰਾ ਕਿੰਨੀ ਹੋਵੇਗੀ ਵੀ ਕਰੰਟ ਕਿੰਨਾ ਲੰਘੂ ਸਰਕਟ ਦੇ ਵਿੱਚ ਤਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸਰਕਟ ਬਣਿਆ ਹੋਇਆ ਤਾਂ ਇਹਦਾ ਰਾਈਟ ਆਨਸਰ ਆਜੂਗਾ ਆਪਸ਼ਨ ਨੰਬਰ A 0.4 ਐਂਪੀਅਰ ਇਹਦਾ ਫਾਰਮੂਲਾ ਹੁੰਦਾ V IR ਤਾਂ V ਦੀ ਥਾਂ ਤੇ ਆਪਾਂ ਪਾ ਦਾਂਗੇ 24 ਵੋਲਟ ਯਾਨੀ ਕਿ 24 ਵੋਲਟ ਤੇ ਆਈ ਆਪਾਂ ਕਰੰਟ ਪਤਾ ਕਰਨਾ ਉਹਨੂੰ ਇਦਾਂ ਹੀ ਛੱਡ ਦਾਂਗੇ ਤੇ ਜਿਹੜਾ ਰੈਜ਼ਿਸਟੈਂਸ ਆ ਉਹ ਇਹਨਾਂ ਨੇ 60 ਓਮ ਦਿੱਤੀ ਹੋਈ ਆ ਤਾਂ 60 ਓਮ ਲੇਖ ਕੇ ਜਦੋਂ ਆਪਾਂ ਇਹਦੀ ਕੈਲਕੂਲੇਸ਼ਨ ਕਰਾਂਗੇ ਤਾਂ ਆਪਣੇ ਕੋਲੇ 0.4 ਐਂਪੀਅਰ ਆ ਜਾਵੇਗਾ ਨੈਕਸਟ ਕੁਐਸਚਨ ਹੈ ਸ਼ਕਤੀ ਦੀ SI ਇਕਾਈ ਕੀ ਹੈ ਸ਼ਕਤੀ ਹੁੰਦੀ ਹੈ ਪਾਵਰ ਪਾਵਰ ਦੇ ਯੂਨਟ ਕੀ ਆ ਪਾਵਰ ਨੂੰ ਕਾਦੇ ਨਾਲ ਮਾਪਿਆ ਜਾਂਦਾ ਤਾਂ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਯਾਨੀ ਕਿ ਵਾਟ ਆਪਾਂ ਕਹਿੰਦੇ ਜਿਵੇਂ ਕੋਈ ਮੋਟਰ ਆ ਮੰਨ ਲਓ ਆਪਾਂ ਕਹਿੰਦੇ ਆ 1 ਕਿਲੋਵਾਟ ਦੀ ਹੈ ਤਾਂ ਕਈ ਚੀਜ਼ਾਂ ਹੁੰਦੀਆਂ ਜਿਵੇਂ ਬੱਲਬ ਆਪਣਾ ਲਾਈਟ ਵਾਲਾ ਉਹ ਹੁੰਦਾ 100 ਵਾਟ ਦਾ ਵੀ 100 ਵਾਟ ਇਹਨੇ ਪਾਵਰ ਆ ਜਿਹੜੀ ਕੰਜ਼ਮਪਸ਼ਨ ਕਰਨੀ ਆ ਤਾਂ ਜਿਹੜੀ ਸ਼ਕਤੀ ਆ ਉਹਨੂੰ ਆਪਾਂ ਪਾਵਰ ਕਹਿੰਦੇ ਆ ਰਾਈਟ ਆਨਸਰ ਇਹਦਾ ਆਪਸ਼ਨ ਨੰਬਰ ਸੀ ਜਾਨੀ ਕਿ ਵਾਟ ਨੈਕਸਟ ਆ ਜੀ ਬਿਜਲੀ ਦਾ ਸਭ ਤੋਂ ਵਧੀਆ ਚਾਲਕ ਕਿਹੜਾ ਹੈ ਵੀ ਕਿਹੜਾ ਧਾਤ ਕਹ ਲੋ ਆਪਾਂ ਜਾਂ ਕਿਹੜੀ ਮੈਟਲ ਆ ਜਿਹਦੇ ਵਿੱਚ ਦੀ ਸਭ ਤੋਂ ਵਧੀਆ ਬਿਜਲੀ ਲੰਘ ਸਕਦੀ ਹੈ ਤੇ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B ਜਾਨੀ ਕਿ ਚਾਂਦੀ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਸਿਲ버 ਪਰ ਜਿਹੜਾ ਚਾਂਦੀ ਜ਼ਿਆਦਾ ਮਹਿੰਗੀ ਹੋਣ ਕਰਕੇ ਇਸ ਲਈ ਆਪਾਂ ਅੱਜ ਕੱਲ ਕਾਪਰ ਤੇ ਐਲੂਮੀਨੀਅਮ ਜ਼ਿਆਦਾ ਵਰਤਦੇ ਹਾਂ ਪਰ ਸਭ ਤੋਂ ਵਧੀਆ ਚਾਲਕ ਚਾਂਦੀ ਹੁੰਦੀ ਹੈ ਤਾਂ ਦੋਸਤੋ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਦਬ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ